दोस्तों मैं हाँ ਤੁਹਾਡਾ दोस्त होस्ट गुरमीत निजर। अज असी पहुँच चुके हैं लुधियाना के गुरद्वारा श्री गुरु सिंह सभा मॉडल टाउन एक्सटेंशन विखे, जिथे श्रोमणी अकाली दल के वर्करां का एक भारी इकट्ठ होने जा रहा है। ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜ਼ਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ, ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ, ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ। ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ, ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ, ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਸ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ। ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ। ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਲੁਧਿਆਣਾ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜ਼ਬਰ ਵਿਰੋਧੀ ਰੈਲੀ ਦੇ ਸੰਬੰਧਿਤ ਮੀਟਿੰਗ ਕਰਨ ਜਾ ਰਹੇ ਨੇ ਅਤੇ ਸਾਡੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਦੇ ਬਹੁਤ ਹੀ ਸੀਨੀਅਰ ਆਗੂ ਤਨਵੀਰ ਸਰਦਾਰ ਤਨਵੀਰ ਸਿੰਘ ਧਾਲੀਵਾਲ ਜੀ। ਇਹਨਾਂ ਕੋਲੋਂ ਜਾਣਦੇ ਹਾਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੀ ਮੁੱਖ ਏਜੰਡਾ ਹੋਏਗਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬੇਨਤੀ ਹੈ ਕਿ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਲੁਧਿਆਣੇ ਆ ਰਹੇ ਆ, ਉਹਨਾਂ ਨੇ ਸਮੁੱਚੀ ਲੀਡਰਸ਼ਿਪ ਨੂੰ ਸਮੁੱਚੇ ਵਰਕਰ ਸਹਿਮਾਨਾਂ ਨੂੰ ਲਾਮਬੰਦ ਕਰਨਾ ਜੋ 7 ਤਰੀਕ ਨੂੰ ਪਟਿਆਲੇ ਮੋਤੀ ਮਹਿਲ ਦੇ ਕੋਲ ਜਿਹੜੀ ਰੈਲੀ ਰੱਖੀ ਆ ਉਹ ਰਾਜੇ ਦੇ ਕਿਲੇ ਦੀ ਕੰਧ ਹਿਲਾਊਗੀ। ਅਤੇ ਇਹਨਾਂ ਨੂੰ ਕਿਉਂਕਿ ਸਿਆਣੇ ਕਹਿੰਦੇ ਆ ਕਿ ਜਦੋਂ ਬੋਲਿਆਂ ਨੂੰ ਸੁਣਾਉਣਾ ਹੋਵੇ ਉਦੋਂ ਆਵਾਜ਼ ਉੱਚੀ ਕਰਨੀ ਪੈਂਦੀ ਹੈ। ਸੋ ਇਹ ਜਿਹੜੀ ਰੈਲੀ ਹੈ ਬਹੁਤ ਵੱਡੇ ਪੱਧਰ ਦੀ ਹੋਊਗੀ, ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਮਿਸਾਲ ਹੋਊਗੀ। ਉੱਥੇ ਪਹਿਲੀ ਵਾਰੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਵਾਈਜ਼ ਮੀਟਿੰਗਾਂ ਲਈਆਂ ਅਤੇ ਅੱਜ ਬੜੀ ਇੱਕ ਖੁਸ਼ੀ ਦਾ ਮਾਹੌਲ ਹੈ ਕਿ ਲੁਧਿਆਣੇ ਦੀ ਸ਼ਹਿਰ ਦੀ ਜਥੇਬੰਦੀ ਅਨਾਊਂਸ ਹੋਈ ਹੈ। ਬਹੁਤ ਵਰਕਰਾਂ ਦੇ ਵਿੱਚ ਉਤਸ਼ਾਹ ਆ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਲੇ ਲੀਡਰ ਸਾਹਿਬਾਨ ਨੇ ਆਉਣਾ, ਪਰ ਹਾਲ ਭਰ ਚੁੱਕੇ ਆ, ਪੰਡਾਲ ਭਰ ਚੁੱਕੇ ਆ, ਸਾਰੀ ਸੰਗਤ ਬੜੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਚੁੱਕੀ ਹੈ। ਸੋ ਉਹਨਾਂ ਨੇ ਜਿੱਥੇ ਵਰਕਰਾਂ ਨੂੰ ਸੁਨੇਹਾ ਦੇਣਾ ਉੱਥੇ ਵਰਕਰਾਂ ਨੂੰ ਵਧਾਈ ਦੇਣੀ ਹੈ ਅਤੇ ਤਾਂ ਜੋ ਜਿਹੜੀ ਨਵੀਂ ਜਥੇਬੰਦੀ ਆ ਉਹ ਚੜ੍ਹਦੀ ਕਲਾ ਦੇ ਨਾਲ ਪਾਰਟੀ ਦੀ ਕਾਮਯਾਬੀ ਲਈ, ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰੇ, ਵੱਧ ਚੜ੍ਹ ਕੇ ਕੰਮ ਕਰੇ। ਬਹੁਤ ਬਹੁਤ ਜ਼ਬਰ ਵਿਰੋਧੀ ਰੈਲੀ ਦੇ ਬਰਾਬਰ ਉਹਨਾਂ ਨੇ ਕੈਪਟਨ ਸਰਕਾਰ, ਇੱਕ ਸਰਕਾਰ ਹੁੰਦੇ ਹੋਏ ਆਪੋਜੀਸ਼ਨ ਦਾ ਕੰਮ ਹੈ ਰੈਲੀਆਂ ਕਰਨਾ, ਸਰਕਾਰ ਨੂੰ ਜਗਾਉਣਾ, ਇੱਕ ਸਰਕਾਰ ਹੁੰਦੇ ਹੋਏ ਉਹਨਾਂ ਨੇ ਦੱਬ ਵਾਲੀ ਦੇ ਕਿੱਲਿਆਂ ਵਾਲੀ ਦੇ ਵਿੱਚ ਇੱਕ ਰੈਲੀ ਰੱਖੀ ਹੈ ਜੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ ਰਾਜਨੀਤਿਕ ਤੌਰ 'ਤੇ? ਦੇਖੋ ਰਾਜਨੀਤਿਕ ਤੌਰ 'ਤੇ ਜੇ ਆਪਾਂ ਦੇਖੀਏ ਸਰਕਾਰਾਂ ਕਦੇ ਰੈਲੀਆਂ ਨਹੀਂ ਕਰਦੀਆਂ ਹੁੰਦੀਆਂ, ਸਰਕਾਰਾਂ ਹਮੇਸ਼ਾ ਦਿਹਾੜੇ ਮਨਾਉਂਦੀਆਂ ਨੇ ਜਾਂ ਜਿਹੜੀ ਰਾਜ ਪੱਧਰੀ ਸਮਾਗਮ ਆ ਉਹ ਮਨਾਏ ਜਾਂਦੇ ਨੇ, ਪਰ ਕਦੇ ਵੀ ਸਰਕਾਰ ਦੇ ਵਿੱਚ ਅੱਜ ਤੱਕ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਕਿ ਕਦੇ ਵੀ ਕਿਸੇ ਸਰਕਾਰ ਨੇ ਆਪਣੀ ਹਕੂਮਤ ਦੇ ਦੌਰਾਨ ਰੈਲੀ ਕੀਤੀ ਹੋਵੇ, ਜਾਂ ਤਾਂ ਕਿਸੇ ਪ੍ਰਾਪਤੀ ਨੂੰ ਜਾਂ ਕੋਈ ਐਲਾਨ ਕਰਨਾ ਹੋਵੇ ਜਾਂ ਉਹ ਹੋਵੇ, ਉਹਨਾਂ ਨੇ ਸਿਰਫ ਅਕਾਲੀ ਦਲ ਨੂੰ ਬਰਾਬਰ, ਕਿਉਂਕਿ ਅਕਾਲੀ ਦਲ ਦੀਆਂ ਰੈਲੀਆਂ ਤੋਂ ਇੱਡੀ ਵੱਡੀ ਬੁਖਲਾਟ ਉਹਨਾਂ ਨੂੰ ਆ ਗਈ ਸੀ, ਉਹਨਾਂ ਨੂੰ ਦੁਬਾਰਾ ਇਹ ਰੈਲੀ ਕਰਨੀ ਪਈ, ਜਿਹੜੀ ਕਿ ਮੈਂ ਸਮਝਦਾ ਕਿ ਬਹੁਤ ਹੀ ਮੰਦਭਾਗੀ ਹੈ ਅਤੇ ਕਾਂਗਰਸ ਸਰਕਾਰ ਦੀ ਹਾਰ ਦਾ ਇਸ ਤੋਂ ਵੱਡਾ ਨਮੂਨਾ ਕੋਈ ਹੋ ਨਹੀਂ ਸਕਦਾ। ਅੱਜ ਸੁਖਬੀਰ ਸਿੰਘ ਬਾਦਲ ਜੀ ਆ ਰਹੇ ਨੇ ਅਤੇ ਇੱਕ ਛੋਟੀ ਜਿਹੀ ਮੀਟਿੰਗ ਕਹਿ ਰਹੇ ਸੀ ਕਿ ਛੋਟੀ ਜਿਹੀ ਮੀਟਿੰਗ ਆਮ ਵਰਕਰਾਂ ਦੀ ਹੋ ਰਹੀ ਹੈ, ਪਰ ਇਕੱਠ ਦੇਖ ਕੇ ਲੱਗ ਗਿਆ ਕਿ ਇਹ ਛੋਟੀ ਮੀਟਿੰਗ ਨਹੀਂ ਕਹਿ ਸਕਦੇ, ਇੱਕ ਵਰਕਰਾਂ ਦੀ ਹੀ ਰੈਲੀ ਹੈ। ਅਹੁਦੇਦਾਰਾਂ ਦਾ ਤਾਂ ਸਿਰਫ ਇਕੱਠ ਸੀਗਾ, ਪਰ ਉਤਸ਼ਾਹ ਹੀ ਇੰਨਾ ਸੰਗਤ ਦੇ ਵਿੱਚ ਕਿ ਵਹੀਰਾਂ ਘੱਤ ਕੇ ਲੋਕ ਇੱਥੇ ਆ ਗਏ, ਅਤੇ ਮੈਂ ਇਸ ਮੀਟਿੰਗ ਨੂੰ ਦੇਖ ਕੇ ਸਾਨੂੰ ਇਹ ਲੱਗਦਾ ਕਿ ਪਟਿਆਲੇ ਵਾਲੀ ਜਿਹੜੀ ਰੈਲੀ ਆ ਉਹ ਸਾਰੇ ਰਿਕਾਰਡ ਤੋੜ ਦੂਗੀ ਆਉਣ ਵਾਲੀਆਂ ਰੈਲੀਆਂ। ਧੰਨਵਾਦ ਜੀ ਤਨਵੀਰ ਸਿੰਘ, ਸਾਡੇ ਨਾਲ ਸੀਗੇ ਤਨਵੀਰ ਸਿੰਘ ਧਾਲੀਵਾਲ ਜੀ, ਥੈਂਕ ਯੂ ਜੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।